ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਜਿਹੜਾ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਮਹਿਲਾਵਾਂ ਨੂੰ ਪਰ 1000 ਰੁਪਏ ਜਿਹੜੇ ਨੇ ਉਹ ਦਿੱਤੇ ਜਾਣੇ ਨੇ ਜੋ ਕੀ ਵਾਦਾ ਕੀਤਾ ਸੀਗਾ ਆਪ ਸਰਕਾਰ ਨੇ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਕਲੀਅਰ ਅਪਡੇਟ ਦਵਾਗਾ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਜਿਹੜਾ ਬਜਟ ਸੀਗਾ ਉਹਦੇ ਵਿੱਚ ਇਹਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਸੋ ਕੀ ਉਹਦੇ ਬਾਰੇ ਵਿੱਚ ਗੱਲ ਹੋਈ ਹੈ ਕਦੋਂ ਤੋਂ ਇਹ ਸ਼ੁਰੂ ਹੋਏਗਾ ਤੇ ਕਿਹਨਾਂ ਕਿਹਨਾਂ ਨੂੰ ਇਹਦਾ ਫਾਇਦਾ ਜਿਹੜਾ ਹੈ ਜੀ ਉਹ ਮਿਲ ਪਾਵੇਗਾ ਉਹ ਸਾਰੇ ਅਪਡੇਟ ਮੈਂ ਤੁਹਾਨੂੰ ਇਹਨਾਂ ਵੀਡੀਓਜ਼ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਕੀ ਹਰ ਇੱਕ ਅਪਡੇਟ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਅਪਡੇਟ ਹੋਵੇ ਚਾਹੇ ਗਵਰਨਮੈਂਟ ਰਿਲੇਟਡ ਅਪਡੇਟ ਹੋਣ ਨੌਕਰੀਆਂ ਰਿਲੇਟਡ ਹੋਣ ਜਾਂ ਗਵਰਨਮੈਂਟ ਨੇ ਕੋਈ ਅਨਾਉਂਸਮੈਂਟ ਕੀਤੀ ਹੋਵੇ ਉਹ ਸਾਰੇ ਅਪਡੇਟ ਜਿਹੜੇ ਨੇ ਤੁਹਾਨੂੰ ਮਿਲਦੇ ਰਹਿਣਗੇ ਤੇ ਚੈੱਕ ਕਰਕੇ ਤੁਸੀਂ ਅਪਲਾਈ ਵੀ ਉਹਨਾਂ ਲਈ ਕਰ ਪਾਓਗੇ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਹਾਨੂੰ ਉੱਥੋਂ ਮਿਲਦੇ ਰਹਿਣਗੇ ਤੇ ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਉਹ ਕਰ ਪਾਓਗੇ ਜੀ ਸੋ ਚਲੋ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਾਂਗਾ ਲੈ ਚੱਲਦੇ ਹਾਂ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ अवेलेबल ਹੈ ਤੁਸੀਂ ਉੱਥੋਂ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਗੱਲ ਕਰ ਲੈਂਦੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਭਗਵੰਤ ਮਾਨ ਜੀ ਜਿਹੜੇ ਸਾਡੇ ਕਰੰਟ ਮੁੱਖ ਮੰਤਰੀ ਨੇ ਉਹਨਾਂ ਦਾ ਜਿਹੜਾ ਕੱਲ ਕਾਰਜ ਜਿਹੜਾ ਸੀਗਾ ਆਨੰਦ ਕਾਰਜ ਹੈ ਉਹ ਹੋਇਆ ਹੈ ਜੀ ਉਹ ਤੋਂ ਉਹਦੇ ਵਿੱਚ ਵੀ ਉਹਨਾਂ ਨੇ ਉਸ ਤੋਂ ਬਾਅਦ ਇੱਕ ਅਪਡੇਟ ਜਿਹੜਾ ਜੀ ਉਹ ਦਿੱਤਾ ਹੈ ਉਹ ਕੀ ਅਪਡੇਟ ਹੈ ਉਹ ਤੁਹਾਨੂੰ ਮੈਂ ਦੱਸ ਦਿੰਨਾ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਜੀ ਇਹ ਬਜਟ ਜਿਹੜਾ ਸੀਗਾ ਉਹ ਪੇਸ਼ ਹੋਇਆ ਸੀਗਾ ਜੋ ਕਿ ਆਪ ਸਰਕਾਰ ਵੱਲੋਂ ਕੀਤਾ ਗਿਆ ਜੋ ਕਿ ਇਜਲਾਸ ਹੋਇਆ ਸੀਗਾ 2 ਦਿਨ ਦਾ ਚੱਲਿਆ ਸੀ ਇਸ ਦੇ ਵਿੱਚ ਕਾਫੀ ਉਹ ਪੁੱਛੇ ਗਏ ਸੀਗੇ ਮਤਲਬ ਜਿਹੜੇ ਕਿ ਆਪੋਨੈਂਟ ਪਾਰਟੀ ਸੀਗੀ ਚਾਹੇ ਅਸੀਂ ਗੱਲ ਕਰੀਏ ਕਾਂਗਰਸੀ ਜਾਂ ਅਕਾਲੀ ਉਹ ਸਾਰਿਆਂ ਨੇ ਬਹੁਤ ਸਾਰੇ ਕੁਐਸਚਨ ਜਿਹੜੇ ਸੀ ਪੁੱਛੇ ਸੀ ਉਹਦੇ ਵਿੱਚ ਜਿਹੜਾ ਇਹ ਪਰ 1000 ਰੁਪਈਆ ਜਿਹੜਾ ਜੀ ਹਰ ਇੱਕ ਮਹਿਲਾ ਨੂੰ ਮਿਲਣਾ ਸੀਗਾ ਉਹਦੇ ਰਿਲੇਟਿਡ ਵੀ ਸਵਾਲ ਕੀਤੇ ਗਏ ਸੋ ਉਹਦੇ ਵਿੱਚ ਜਿਹੜੇ ਕਾਂਗਰਸੀ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਨੇ ਸਰਕਾਰ ਨੂੰ ਪਹਿਲਾਂ ਜਦੋਂ ਆਉਣੀ ਸੀਗੀ ਨਹੀਂ ਬਣੀ ਸੀ ਆਪ ਦੀ ਸਰਕਾਰ ਤਾਂ ਉਹਨਾਂ ਦੇ ਕੇਜਰੀਵਾਲ ਜੀ ਨੇ ਜਿਹੜਾ ਸੀਗਾ ਇਹ ਵਾਅਦਾ ਕੀਤਾ ਸੀਗਾ ਕਿ 1000 ਰੁਪੀ ਜਿਹੜੇ ਨੇ ਉਹ ਪੰਜਾਬ ਦੀਆਂ ਔਰਤਾਂ ਨੂੰ ਦਿੱਤੇ ਜਾਣਗੇ ਸੋ ਉਹਦੇ ਰਿਲੇਟਿਡ ਉਹਨਾਂ ਨੂੰ ਕੁਐਸ਼ਨ ਪੁੱਛਿਆ ਉਹਨਾਂ ਨੇ ਜਿਹੜੇ ਆਲਰੇਡੀ ਪ੍ਰਧਾਨ ਮੰਤਰੀ ਸੌਰੀ ਮੁੱਖ ਮੰਤਰੀ ਨੇ ਆਪਣੇ ਉਹਨਾਂ ਨੂੰ ਕਿ ਤੁਸੀਂ ਇਹ ਜਿਹੜਾ ਕਦੋਂ ਪੂਰਾ ਕਰਨ ਜਾ ਰਹੇ ਹੋ ਵਾਅਦਾ ਤੇ ਇਹਦੇ ਅਕੋਰਡਿੰਗਲੀ ਅਗਰ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ 13000 ਕਰੋੜ ਤੋਂ ਵੱਧ ਦੀ ਜਿਹੜੀ ਰਾਸ਼ੀ ਹੈ ਜੀ ਉਹ ਚਾਹੀਦੀ ਹੈ ਬਜਟ ਦੇ ਵਿੱਚ ਇਸ ਵਾਰੀ ਭਗਵੰਤ ਮਾਨ ਜੀ ਨੇ ਇਹਦਾ ਜਵਾਬ ਦੇਦਨ ਇਹ ਕਿਹਾ ਕਿ ਜਿਹੜੇ 300 ਯੂਨਿਟ ਨੇ ਪਰ ਮੰਥ ਉਹ ਪੰਜਾਬ ਦੇ ਲੋਕਾਂ ਨੂੰ ਫ੍ਰੀ ਇਸ ਵਾਰੀ ਇਸ ਬਜਟ ਦੇ ਵਿੱਚ ਉਹਨਾਂ ਨੇ ਕਰਵਾ ਕੇ ਦਿੱਤੇ ਨੇ ਸੋ ਨੈਕਸਟ ਵਾਰੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਅਪਡੇਟ ਦੇ ਉੱਪਰ ਵੀ ਆਨ ਔਰ ਇਹ ਜਿਹੜਾ ਹੈ ਜਿਹੜਾ ਲਾਗੂ ਕੀਤੀ ਜਾਵੇ ਜਿਹੜੀ ਸਕੀਮ ਹੈ ਜਿਹੜੀ ਕਿ ਉਹਨਾਂ ਨੇ ਆਪ ਸਰਕਾਰ ਨੇ ਕਹੀ ਹੈ ਕਿਉਂਕਿ ਇਹਨਾਂ ਨੂੰ ਇਹਦੇ ਰਿਲੇਟਿਡ ਸੋਚਣਾ ਹੀ ਪਏਗਾ ਕਿਉਂਕਿ ਉਹਨਾਂ ਦੀ ਸਰਕਾਰ ਜਿਹੜੀ ਹੈ ਜੀ ਕੁਝ ਇੱਕ ਇਹੋ ਜਿਹੇ ਵਾਅਦੇਾਂ ਤੇ ਬਣੀ ਹੈ ਕਿ ਜਿੱਦਾਂ ਕਿ 300 ਯੂਨਿਟ ਫ੍ਰੀ ਦਿੱਤੇ ਜਾਣਗੇ ਘਰ ਘਰ ਨੌਕਰੀਆਂ ਦਿੱਤੀਆਂ ਜਾਣਗੀਆਂ ਸੋ ਇਹਦੇ ਰਿਲੇਟਿਡ ਉਹਨਾਂ ਨੂੰ ਇਹਦੇ ਉੱਤੇ ਕੰਮ ਕਰਨਾ ਹੈ ਸੋ ਨੇ ਟਾਈਮ ਮੰਗਿਆ ਹੈ ਕਿ ਥੋੜਾ ਟਾਈਮ ਸਾਨੂੰ ਦਿੱਤਾ ਜਾਵੇ ਇਸ ਦੇ ਉੱਪਰ ਵੀ ਉਹ ਜ਼ਰੂਰ ਗੌਰ ਕਰਨਗੇ ਔਰ ਤੁਸੀਂ ਇਹ ਚੀਜ਼ ਜਿਹੜੀ ਹੈ ਜਲਾਸ ਦੇ ਵਿੱਚ ਵੀ ਦੇਖ ਸਕਦੇ ਹੋ ਜੋ ਕਿ ਉਹਦੀ ਵੀਡੀਓ ਰਿਕਾਰਡਿੰਗ ਵੀ ਹੈਗੀ ਹੈ ਸੋ ਇਹਦੇ ਰਿਲੇਟਡ ਜਲਦ ਹੀ ਇਹ ਚੀਜ਼ ਵੀ ਉਹ ਸ਼ੁਰੂ ਕਰਨਗੇ ਇਸ ਵਾਰੀ 600 ਯੂਨਿਟ ਤੁਹਾਨੂੰ ਪਤਾ ਹੈ 2 ਮਹੀਨਿਆਂ ਦੇ ਜਿਹੜੇ ਨੇ ਉਹ ਫ੍ਰੀ ਦਿੱਤੇ ਜਾ ਰਹੇ ਨੇ ਹਰ ਇੱਕ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਕੈਂਡੀਡੇਟ ਨੇ ਸਭ ਨੂੰ ਹੀ ਪੰਜਾਬ ਦੇ ਵਿੱਚ ਸੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ 1000 ਰੁਪਏ ਨੇ ਉਹਦੇ ਰਿਲੇਟਡ ਵੀ ਅਪਡੇਟ ਜਲਦੀ ਹੀ ਆਪਾਂ ਨੂੰ ਵੇਖਣ ਨੂੰ ਮਿਲੇਗਾ ਕਿਉਂਕਿ ਆਪ ਸਰਕਾਰ ਉਹਦੇ ਉੱਪਰ ਵੀ ਕੰਮ ਕਰ ਰਹੀ ਮਾਇੂਸ ਨਹੀਂ ਹੋਣਾ ਔਰ ਜਿਹੜੇ ਪੰਜਾਬ ਦੇ ਕੈਂਡੀਡੇਟਸ ਨੇ ਔਰਤਾਂ ਨੇ ਜਿਹੜੀਆਂ ਕਿ ਰੋਜ਼ ਇਹਦੇ ਬਾਰੇ ਪੁੱਛਦੇ ਨੇ ਲੇਕਿਨ ਹਲੇ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਉਹਨਾਂ ਨੇ ਜਾਰੀ ਨਹੀਂ ਕੀਤੀ ਹੈ ਜਿਹੜੀਆਂ ਵੀ ਵੀਡੀਓ ਤੁਸੀਂ ਦੇਖ ਰਹੇ ਹੋ ਕਿ ਇਹ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਨੇ ਉਹ ਸਾਰੀਆਂ ਪ੍ਰੀਵੀਅਸ ਜਿਹੜੀਆਂ ਸਕੀਮਾਂ ਦਿੱਲੀ ਦੇ ਵਿੱਚ ਲਾਗੂ ਹੋਈਆਂ ਨੇ ਉਹਨਾਂ ਨੂੰ ਦੇਖ ਕੇ ਨੇ ਸੋ ਇਹਦੇ ਵਿੱਚ ਉਹਨਾਂ ਨੇ ਇਹ ਵੀ ਜਿਹੜੀ ਦਿੱਲੀ ਵਿੱਚ ਲਾਗੂ ਹੋਈ ਹੈ ਸਕੀਮ ਉਹਦੇ ਵਿੱਚ ਬੇਰੁਜ਼ਗਾਰ ਔਰਤਾਂ ਜਿਹੜੀਆਂ ਨੇ ਸਿਰਫ ਉਹਨਾਂ ਨੂੰ ਹੀ ਪੈਸੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਕੋਈ ਬਿਜ਼ਨਸ ਨਹੀਂ ਆ ਜਿਨ੍ਹਾਂ ਦੇ ਅਕਾਊਂਟ 'ਚ ਆਲਰੇਡੀ ਸੈਲਰੀ ਕ੍ਰੈਡਿਟ ਹੋ ਰਹੀ ਹੈ ਜਾਂ ਕਿ ਤੂੰ ਅਮਾਉਂਟ ਆ ਰਹੀ ਹੈ ਉਹਨਾਂ ਨੂੰ ਇਹਦਾ ਫਾਇਦਾ ਨਹੀਂ ਮਿਲੇਗਾ ਸੋ ਉਹਨਾਂ ਔਰਤਾਂ ਨੂੰ ਇਹਦਾ ਫਾਇਦਾ ਨਹੀਂ ਹੋਏਗਾ ਸਿਰਫ ਉਹਨਾਂ ਨੂੰ ਹੋਏਗਾ ਜਿਹੜੀ ਬੇਰੁਜ਼ਗਾਰ ਔਰਤਾਂ ਹੋਣਗੀਆਂ ਭੈਣਾ ਉਹਨਾਂ ਨੂੰ ਇਹਦਾ ਫਾਇਦਾ ਦਿੱਤਾ ਜਾਏਗਾ ਸੋ ਜਦੋਂ ਵੀ ਇਹ ਸਕੀਮ ਲਾਗੂ ਹੁੰਦੀ ਹੈ ਜੀ ਮੈਂ ਤੁਹਾਡੀ ਅਪਡੇਟ ਜ਼ਰੂਰ ਲੈ ਕੇ ਆਵਾਂਗਾ ਸੋ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਸਾਰੇ ਅਪਡੇਟਸ you